ਹਸਪਤਾਲ ਦੇ ਬਾਹਰ ਖੜੀ ਇਸ ਮਾਸੂਮ ਬੱਚੇ ਨੂੰ ਟੈਸਟ ਵਿੱਚੋਂ ਨੰਬਰ ਘੱਟ ਆਉਣ ਤੇ ਦਰਦਨਾਕ ਸਜ਼ਾ ਦਿੱਤੀ ਗਈ ਹੈ। ਟੀਚਰ ਦੇ ਵੱਲੋਂ ਇਸ ਮਾਸੂਮ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਚਪੇੜਾ ਮਾਰ ਮਾਰ ਮੂੰਹ ਲਾਲ ਕੀਤਾ ਗਿਆ ਹੈ ਤੇ ਪੁੱਠੇ ਹੱਥਾਂ ਤੇ ਵੀ ਡੰਡੇ ਮਾਰੇ ਗਏ ਨੇ। ਮਾਪਿਆਂ ਦਾ ਕਹਿਣਾ ਹੈ ਕਿ ਪਿੱਠ ਤੇ ਵੀ ਡੰਡੇ ਮਾਰਨ ਦੇ ਨਿਸ਼ਾਨ ਨੇ, ਜਿਸ ਨੂੰ ਲੈ ਕੇ ਮਾਪਿਆਂ ਦੇ ਵੱਲੋਂ ਟੀਚਰ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਬੱਚੇ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ। ਦੱਸ ਦਈਏ ਕਿ ਪੰਜਵੀਂ ਜਮਾਤ ਵਿੱਚ ਪੜ੍ਹਨ ਵਾਲਾ ਇਹ 13 ਸਾਲਾ ਬੱਚਾ ਹੈ ਜਿਸ ਦੇ ਟੈਸਟ ਦੇ ਵਿੱਚੋਂ ਨੰਬਰ ਘੱਟ ਆਏ ਸਨ, ਜਿਸ ਦਾ ਕਾਰਨ ਇਸ ਬੱਚੇ ਨੇ ਦੱਸਿਆ ਹੈ ਕਿ ਉਹ 2 ਦਿਨ ਛੁੱਟੀ ਤੇ ਰਿਹਾ ਸੀ ਅਤੇ ਛੁੱਟੀ ਹੋਣ ਕਾਰਨ ਉਸਦਾ ਕੰਮ ਪੂਰਾ ਨਹੀਂ ਹੋਇਆ, ਜਿਸ ਕਰਕੇ ਮੈਥ ਦੇ ਟੈਸਟ ਵਿੱਚ ਉਸ ਦੇ ਨੰਬਰ ਘੱਟ ਆਏ। ਟੀਚਰ ਦੇ ਵੱਲੋਂ ਬੱਚੇ ਨੂੰ ਕੁੱਟਦਿਆਂ ਧਮਕੀਆਂ ਵੀ ਦਿੱਤੀਆਂ ਗਈਆਂ। ਜਦੋਂ ਬੱਚੇ ਨੇ ਘਰ ਆ ਕੇ ਦੱਸਿਆ ਕਿ ਉਸ ਦੇ ਨਾਲ ਟੀਚਰ ਨੇ ਕੁੱਟਮਾਰ ਕੀਤੀ ਹੈ ਤਾਂ ਬੱਚੇ ਦਾ ਹਾਲ ਦੇਖ ਕੇ ਮਾਪੇ ਵੀ ਹੈਰਾਨ ਰਹਿ ਗਏ। ਤੁਰੰਤ ਪੁਲਿਸ ਸਟੇਸ਼ਨ ਗਏ ਅਤੇ ਟੀਚਰ ਦੇ ਖਿਲਾਫ ਸ਼ਿਕਾਇਤ ਕੀਤੀ ਗਈ। ਪੁਲਿਸ ਦੇ ਕਹਿਣ ਤੇ ਹੀ ਬੱਚੇ ਦਾ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਮਾਮਲਾ ਲੁਧਿਆਣਾ ਦੇ ਹੀ ਇੱਕ ਨਿੱਜੀ ਸਕੂਲ ਤੋਂ ਸਾਹਮਣੇ ਆਇਆ, ਜਿਸ ਵਿੱਚ ਇਹ ਬੱਚਾ 5ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਤੇ ਉੱਥੇ ਇੱਕ ਟੀਚਰ ਦੇ ਵੱਲੋਂ ਟੈਸਟ ਵਿੱਚੋਂ ਨੰਬਰ ਘੱਟ ਆਉਣ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਸਰ ਟੈਸਟ ਹੁਆ ਤਾਂ ਇਸੇ ਕਰਕੇ ਮਾਰ ਪੜੀ। ਅੱਛਾ, ਹੋਰ ਡੰਡੇ ਵੀ ਪੜੇ ਉਲਟੇ ਹੱਥ ਪੇ। ਅੱਛਾ, ਤੂੰ ਕੀ ਆਪਕੀ ਆਖੇ ਵੀ ਸੁਜੀ ਹੋਈ ਸੀ, ਇਤਨਾ ਮਾਰਾ ਮੈਡਮ ਨੇ? ਯੈਸ ਸਰ, ਮੇਰੇ ਸਾਥ ਬਹੁਤ ਮਾਰਾ ਸਰ। ਸਰ ਇਸੇ ਪਹਿਲੇ ਵੀ ਮਾਰਤੇ ਹੈ ਆਪਕੋ? ਹਾਂਜੀ। ਤੋ ਆਜ ਇਤਨੀ ਮਤਲਬ ਜ਼ਿਆਦਾ ਮਾਰ ਹੋ ਗਈ ਵੀ ਆਪਕੋ ਆਜ ਯਹਾਂ ਪਰ ਆਨਾ ਪੜਾ? ਅੱਛਾ ਅੱਛਾ ਸਰ, ਉਹ ਮਾਰਦੇ ਮਾਰਦੇ ਕਹਿ ਰਹੇ ਸੀਗੇ ਨਾ ਕਿ ਮੈਨੂੰ ਕਰਨ ਦਾ ਉਹ ਕਰਨ ਦਾ ਮਜਬੂਰ ਨਾ ਕਰ। ਮੈਂ ਕਿਹਾ ਮੈਡਮ ਕੋਈ ਕਰਨ ਦਾ ਮਜਬੂਰ ਨਹੀਂ ਕਰ ਰਿਹਾ। ਆਪ ਕੌਨਸੀ ਕਲਾਸ ਮੈਂ ਪੜ੍ਹਤੇ ਹੋ? ਹਾਂਜੀ, ਮੈਂ 5th ਕਲਾਸ। ਕੀ ਨਾਮ ਹੈ ਮੈਡਮ ਦਾ ਜਿਸਨੇ ਆਪਕੋ ਮਾਰਾ ਹੈ? ਮੋਨਿਕਾ। ਅੱਛਾ, ਮਾਰਨੇ ਦਾ ਕੋਈ ਕਾਰਨ ਹੋਊਗਾ ਆਪਕੋ ਕਿਉਂ ਮਾਰਾ ਮੈਡਮ ਨੇ? ਸਰ ਮੈਥ ਦੇ ਟੈਸਟ 'ਚ ਨਾ ਗਿਆ ਨਹੀਂ ਸੀ, ਇਸੇ ਕਰਕੇ ਮੇਰੇ ਥੋੜ੍ਹੇ ਨੰਬਰ ਘੱਟ ਆ ਗਏ ਅਤੇ ਮੈਡਮ ਨੇ ਡੰਡੇ ਨਾ ਮਾਰੇ। ਇਸ ਤੋਂ ਪਹਿਲਾਂ ਵੀ ਤੁਹਾਨੂੰ ਕੁਛ ਮੈਡਮ ਬੋਲਦੇ ਸੀ ਇਸ ਤਰ੍ਹਾਂ ਕੋਈ ਪੰਜਾਬੀ ਭਾਸ਼ਾ ਨੂੰ ਲੈ ਕੇ ਜਾਂ ਕੁਛ? ਹਾਂਜੀ। ਕੀ ਕਹਿੰਦੇ ਸੀ ਉਦੋਂ? ਕਹਿੰਦੇ ਸੀ ਪੰਜਾਬੀ ਸਕੂਲ 'ਚ ਬਿਲਕੁਲ ਲਾਉਣ ਨਹੀਂ, ਜਾਂ ਤਾਂ ਇੰਗਲਿਸ਼ ਬੋਲੋ ਜਾਂ ਤਾਂ ਹਿੰਦੀ ਬੋਲੋ। ਹਾਂਜੀ, ਮੇਰਾ ਛੋਟਾ ਬ੍ਰਦਰ ਹੈ। ਇਹ ਕਿੱਥੇ ਪੜ੍ਹਦਾ ਮੁੰਡਾ? ਇਹ ਆਪਣਾ ਪਾਰਸ ਪਬਲਿਕ ਸਕੂਲ 'ਚ ਪੜ੍ਹਦਾ, ਟਿੱਬਾ ਰੋਡ 'ਤੇ ਚੌਂਕੀ ਕੋਲ। ਅੱਛਾ ਜੀ। ਅਤੇ ਇਹਨੇ ਨਾ 2 ਦਿਨ ਹੋ ਗਏ ਸੀ ਛੁੱਟੀਆਂ ਮਾਰੀ ਸੀ, ਨਾਨਕੇ ਗਿਆ ਹੋਇਆ ਸੀਗਾ ਅਤੇ ਅੱਜ ਸਵੇਰੇ ਹੀ ਆਇਆ ਸੀਗਾ ਅਤੇ ਇਹ ਟਿਊਸ਼ਨ 'ਤੇ ਗਿਆ 2 ਵਜੇ ਅਤੇ ਮੈਡਮ ਨੇ ਕੁੱਟਿਆ ਕਿ ਭਾਈ ਕੀ ਕਹਿੰਦੇ ਤੂੰ ਛੁੱਟੀ ਕਿਉਂ ਕੀਤੀ, ਇੰਨਾ ਕੁ ਬੁਰਾ ਕੁੱਟਿਆ ਹੱਦ ਨਾਲ ਹੋ ਜਾਂਦਾ। ਅਤੇ ਜੇ ਮੈਡਮ ਨਾਲ ਗੱਲ ਹੋਈ ਹੈ, ਮੈਡਮ ਕਹਿੰਦੀ ਜੀ ਪਹਿਲਾਂ ਤਾਂ ਸੋਰੀ ਕਹਿਣ ਲੱਗ ਗਈ, ਫਿਰ ਕਹਿੰਦੀ ਮੇਰਾ ਨਾ ਥੋੜ੍ਹਾ ਜਿਹਾ ਪਾਪਾ ਦੀ ਡੈਥ ਹੋਈ ਸੀਗੀ, ਮੈਂ ਡਿਪਰੈਸ਼ਰ 'ਚ ਸੀ ਤਾਂ ਮਾਰਤਾ। ਕਿ ਸੋਰੀ ਕਹਿਣ ਦਾ ਕੀ ਮਤਲਬ ਹੈ? ਜੇ ਡਿਪਰੈਸ਼ਰ 'ਚ ਚੱਲ ਗਿਆ ਬੱਚਾ, ਕੱਲ੍ਹ ਨੂੰ ਜੇ ਕੁਛ ਕਰ ਲੈਂਦਾ ਕਿ ਜੇ ਕੋਈ ਜ਼ਿੰਮੇਵਾਰ ਕੌਣ ਸੀਗਾ ਜੇ ਕੁਛ ਹੋ ਜਾਂਦਾ ਕੱਲ੍ਹ ਨੂੰ ਬੱਚੇ ਨੂੰ? ਚਲੋ ਅੱਜ ਤਾਂ ਸ਼ੁਕਰ ਹੈ ਸਾਨੂੰ ਦੱਸਤਾ, ਜੇ ਕਿਤੋਂ ਬਾਹਰੋਂ ਬਾਹਰ ਕੁਛ ਕਰ ਲੈਂਦਾ ਜਾਂ ਕੁਛ ਵੀ ਹੋ ਜਾਂਦਾ, ਕੌਣ ਜ਼ਿੰਮੇਵਾਰ ਸੀ ਇਹਦਾ? ਇਸ ਤੋਂ ਪਹਿਲਾਂ ਵੀ ਕਦੀ ਬੱਚੇ ਨੂੰ ਇੱਦਾਂ? ਇਸ ਤੋਂ ਪਹਿਲਾਂ ਵੀ ਕੁੱਟਿਆ, ਇਹਨੇ ਦੱਸਿਆ ਨਹੀਂ ਸਾਨੂੰ। ਅੱਜ ਕੁਝ ਜ਼ਿਆਦਾ ਕੁੱਟਿਆ ਹੋਊਗਾ, ਫਿਰ ਇਹਨੇ ਪਾਪਾ ਨੂੰ ਦੱਸਿਆ ਕਿ ਪਾਪਾ ਇੱਦਾਂ ਇੱਦਾਂ ਕਰਕੇ ਕੁੱਟਿਆ ਮੈਨੂੰ ਇਹਨਾਂ ਨੇ। ਅੱਛਾ ਜੀ। ਤੇ ਮੈਡਮ ਨਾਲ ਗੱਲ ਹੋਈ, ਮੈਡਮ ਤਾਂ ਕੋਈ ਹੱਥ ਪੱਲੇ ਨਹੀਂ ਫੜਾ ਰਹੀ, ਮੈਡਮ ਤਾਂ ਸਿਰਫ ਸੋਰੀ, ਇਹ ਥੋੜੀ ਕੋਈ ਮਤਲਬ ਹੈ ਕਿ ਜੇ ਬੱਚੇ ਨੂੰ ਅਸੀਂ ਕੁੱਟਤਾ ਸੋਰੀ ਕਹਿ ਕੇ ਥੋੜੀ ਛੁੱਟ ਸਕਦੇ ਹਾਂ ਆਪਾਂ? ਇਹ ਤਾਂ ਇਹ ਹੋ ਗਿਆ ਕਿ ਅਸੀਂ ਕਿਹਦੇ 'ਚ ਪੇੜ ਮਾਰਤੀ ਸੋਰੀ ਕਹਿ ਦਈਏ, ਕੱਲ ਨੂੰ ਜੇ ਕੁਛ ਕਰ ਲੈਂਦਾ ਜਾਂ ਕੁਛ ਹੋ ਜਾਂਦਾ ਕੌਣ ਜ਼ਿੰਮੇ? ਸਕੂਲ ਦਾ ਜ਼ਿੰਮੇਵਾਰ ਸੀਗਾ, ਸਕੂਲ ਨੇ ਤਾਂ ਹੱਥ ਖੜੇ ਕਰ ਦੇਣੇ ਆਪਣੇ। ਪਹਿਲੀ ਗੱਲ ਅਸੀਂ ਤਾਂ ਹੁਣ ਇਹ ਮੈਡਮਾਂ ਨੂੰ ਪੁੱਛਣਾ ਕਿ ਇਹ ਮੈਡਮ ਦੀ ਡਿਗਰੀਆਂ ਹੈਗੀਆਂ ਜਾਂ ਨਹੀਂ, ਕਿੱਦਾਂ ਦੀਆਂ ਮੈਡਮਾਂ ਰੱਖੀਆਂ ਹੋਈਆਂ। ਅੱਜ ਕੱਲ੍ਹ ਤਾਂ ਉਹ ਲੇਖਾ ਚੱਲਿਆ ਹੋਇਆ 10ਵੀਂ ਕਲਾਸ 'ਚ ਪੜ੍ਹਿਆ ਬੱਚਾ ਉਹਨੇ ਟੀਚਰ ਬਣਾ ਦਿਓ, ਅੱਜ ਕੱਲ੍ਹ ਤਾਂ ਇਹ ਚੱਲਿਆ ਹੋਇਆ ਆ। ਅਸੀਂ ਇਹੀ ਮੈਡਮ ਨੂੰ ਪੁੱਛਣਾ ਕਿ ਕੀ ਗੱਲ, ਬੱਚੇ ਨੂੰ ਮਾਰਿਆ ਚਲੋ ਠੀਕ ਹੈ, ਕੁੱਟਿਆ ਅਸੀਂ ਕਹਿੰਦੇ ਹਾਂ, ਪਰ ਇਹ ਗੱਲ ਆ ਤੁਸੀਂ ਫਾਈਨ ਪਾਓ ਸਾਨੂੰ ਕੋਈ, ਤੁਸੀਂ 1000 ਪਾ ਦਿਓ, 500 ਪਾ ਦਿਓ, 100 ਪਾ ਦਿਓ ਸਾਨੂੰ, ਕੁੱਟਣ ਦਾ ਕੀ ਮਤਲਬ ਹੈ? ਅੱਜ ਕੱਲ੍ਹ ਤਾਂ ਲਾਊਡ ਹੀ ਹੈ ਨਹੀਂ ਡੰਡਾ ਰੱਖਣਾ ਸਕੂਲੇ, ਬੱਚੇ ਨੂੰ ਮਾਰ ਹੀ ਨਹੀਂ ਸਕਦੇ, ਕੱਲ੍ਹ ਨੂੰ ਜੇ ਬੱਚਾ ਕੁਛ ਕਰ ਲੈਂਦਾ ਕੌਣ ਜ਼ਿੰਮੇਵਾਰ ਸੀਗਾ ਉਹਦਾ? ਕਿਹੜੀ ਕਲਾਸ ਪੜ੍ਹਦਾ? 5ਵੀਂ ਕਲਾਸ 'ਚ ਪੜ੍ਹਦਾ ਵੀਰੇ। ਅੱਛਾ ਜੀ। 13 ਸਾਲ ਦਾ ਬੱਚਾ।
ਤੇ ਇਹਦੀ ਤੁਸੀਂ ਕੋਈ ਕੰਪਲੇਂਟ ਕੀਤੀ ਹੁਣ ਪ੍ਰਸ਼ਾਸਨ? ਕੰਪਲੇਂਟ ਗਏ ਸੀਗੇ, ਉਹ ਕਹਿੰਦੇ ਐਮ ਆਰ ਕਰਵਾ ਲਓ ਪਹਿਲਾਂ ਤੁਸੀਂ, ਫਿਰ ਅਸੀਂ ਕਰਦੇ ਹਾਂ। ਪ੍ਰਿੰਸੀਪਲ ਨਾਲ ਮੈਡਮ ਸਰ? ਪ੍ਰਿੰਸੀਪਲ ਨਾਲ ਤਾਂ ਵੀਰੇ ਨੰਬਰ ਹੀ ਨਹੀਂ ਦੇ ਰਹੇ, ਉਹ ਪ੍ਰਿੰਸੀਪਲ ਨੂੰ ਤਾਂ ਮਿਲੇ ਹੀ ਨਹੀਂ ਹੈਗੇ, ਨੰਬਰ ਹੁਣੀ ਵੀ ਗੱਲ ਹੋਈ ਸੀਗੀ, ਉਹ ਕਹਿੰਦੇ ਤੁਹਾਡੀ ਕੋਈ ਗੱਲਬਾਤ ਹੋਈ ਹੈ ਮੈਡਮ ਨਾਲ ਜਿਹਨੇ ਮਾਰਕੁੱਟ ਕੀਤੀ ਆ, ਉਹ ਤੁਹਾਨੂੰ ਉਹਨੇ ਕੀ ਕਹਿਣਾ, ਬਸ ਇਹੀ ਆ ਚਲੋ ਜੀ ਗਲਤੀ ਹੋ ਗਈ ਮੇਰੇ ਪਾਪਾ ਕਰਕੇ, ਸੀ ਡਿਪਰੈਸ਼ਰ 'ਚ ਸੀ ਥੋੜ੍ਹੀ ਜਿਹੀ ਮੈਂ, ਇਹ ਥੋੜ੍ਹੀ ਮਤਲਬ ਹੈ ਜੇ ਬੱਚੇ ਨੂੰ ਕੁੱਟਤਾ ਸੀ ਡਿਪਰੈਸ਼ਰ 'ਚ, ਚਲੋ ਇਹ ਥੋੜ੍ਹੀ ਮਤਲਬ ਹੈ, ਕੱਲ ਨੂੰ ਅਸੀਂ ਕਿਸੇ ਨੂੰ ਕੁੱਟ ਦੀ ਅਸੀਂ ਕਹਿ ਦਾਂਗੇ ਸਾਡਾ ਦਿਮਾਗ ਖਰਾਬ ਸੀ ਜੀ ਕੁੱਟਤਾ, ਇਹ ਤਾਂ ਕੋਈ ਮਤਲਬ ਨਹੀਂ ਨਾ ਬਣਦਾ ਇਹ। ਇਸ ਤੋਂ ਪਹਿਲਾਂ ਵੀ ਕਦੀ ਕੋਈ ਵਿਵਾਦ ਆਇਆ ਇੱਦਾਂ ਦਾ ਵੀ ਬੱਚਿਆਂ ਨੂੰ ਕੁੱਟਮਾਰ ਕੀਤੀ ਹੋਵੇ? ਕੁੱਟਮਾਰ ਤਾਂ ਚਲੋ ਹੁੰਦੀ ਰਹਿੰਦੀ ਸੀ, ਮਾੜੀ ਮੋਟੀ ਦੱਸਦਾ ਨਹੀਂ ਸੀ, ਜਦ ਅੱਜ ਜ਼ਿਆਦਾ ਦੱਸਿਆ ਇਹਨੇ ਜਾਂ ਕੁੱਟਿਆ। ਹੋਰ ਇੱਕ ਗੱਲ, ਹੁਣ ਆਪਾਂ ਪੰਜਾਬ 'ਚ ਰਹਿੰਦੇ, ਪੰਜਾਬੀ ਤਾਂ ਅਲਾਊਡ ਹੈ, ਉਹ ਪੰਜਾਬੀ ਨਹੀਂ ਬੋਲਣ ਦਿੰਦੇ ਸਕੂਲੇ, ਰਾਮ ਰਾਮ ਨਹੀਂ ਬੋਲਣ ਦਿੰਦੇ, ਕਹਿੰਦੇ ਗੁੱਡ ਮਾਰਨਿੰਗ ਬੋਲੋ ਜੀ, ਇਹ ਕੀ ਮਤਲਬ ਹੈ? ਜੇ ਪੰਜਾਬ 'ਚ ਰਹਿੰਦੇ ਪੰਜਾਬੀ ਨਹੀਂ ਬੋਲਾਂਗੇ ਹੋਰ ਕੀ ਕਰਾਂਗੇ? ਇਹ ਥੋੜ੍ਹੀ ਹੁਣ ਹਿੰਦੀ ਬੋਲਾਂਗੇ ਅਸੀਂ, ਪੰਜਾਬੀ ਹੈ ਸਾਡੀ, ਬੋਲ ਨਹੀਂ ਦਿੰਦੇ, ਬੋਲਣ ਨਹੀਂ ਦਿੰਦੇ, ਰਾਮ ਰਾਮ ਤੱਕ ਨਹੀਂ ਕਹਿਣ ਦਿੰਦੇ ਉਹ ਸਕੂਲੇ, ਇਹ ਥੋੜ੍ਹੀ ਕੋਈ ਮਤਲਬ ਹੈ? ਇਹੀ ਚੀਜ਼ ਕਹਿੰਦੇ ਕਿ ਤੁਸੀਂ ਬੱਚੇ ਨੂੰ ਚਲੋ ਠੀਕ ਆ ਅਸੀਂ ਕਹਿੰਦੇ ਪੰਜਾਬੀ ਨੇ ਬੋਲਿਆ, ਪਰ ਬੱਚੇ ਨੂੰ ਕੁੱਟਣ ਦਾ ਕੀ ਮਤਲਬ ਹੈ? ਜੇ ਛੁੱਟੀ ਕਰ ਲਈ ਬੱਚੇ ਨੇ, ਕੋਈ ਗੁਨਾਹ ਕਰਤਾ? ਜੇ ਛੁੱਟੀ ਕੀਤੀ ਉਹਦੀ ਪੜ੍ਹਾਈ ਖਰਾਬ ਹੁੰਦੀ ਆ, ਠੀਕ ਹੈ, ਜੇ ਕੱਲ੍ਹ ਨੂੰ ਫੇਲ ਹੁੰਦਾ ਉਹ ਹੋਊਗਾ, ਤੁਸੀਂ ਤੁਹਾਡਾ ਹੱਕ ਕਿਹਨੇ ਦਿੱਤਾ ਤੁਹਾਨੂੰ ਕੁੱਟਣ ਦਾ? ਅੱਜ ਤੱਕ ਕਾਨੂੰਨ 'ਚ ਵੀ ਲਿਖਿਆ ਬੱਚੇ ਨੂੰ ਆਪਾਂ ਟੱਚ ਨਹੀਂ ਕਰ ਸਕਦੇ, ਸਮਝਾ ਸਕਦੇ, ਉਹਦੇ ਪੇਰੈਂਟਸ ਨੂੰ ਦੱਸ ਸਕਦੇ ਹਾਂ, ਤੁਸੀਂ ਸਾਨੂੰ ਫੋਨ ਕਰਦੇ ਕਿ ਬੱਚਾ ਭਾਈ ਛੁੱਟੀਆਂ ਕਰ ਰਿਹਾ, ਇੱਦਾਂ ਕੀ ਮਤਲਬ ਆ, ਤੁਹਾਨੂੰ ਕੁੱਟਣ ਦਾ ਕੀ ਹੱਕ ਹੈ? ਅਸੀਂ ਹੱਕ ਤਾਂ ਨਹੀਂ ਦਿੱਤਾ ਕੁੱਟਣ ਦਾ, ਜਾਂ ਸਰਕਾਰ ਨੇ ਹੱਕ ਦਿੱਤਾ ਹੋਇਆ ਕੁੱਟਾਂ, ਬੱਚੇ ਨੂੰ ਕੁੱਟੋ ਜੀ ਛੁੱਟੀ ਕੀਤੀ ਆ, ਇਹੀ ਕਾਰਨ। ਜਦੋਂ ਬੱਚਾ ਸਕੂਲ ਤੋਂ ਆਇਆ ਉਹਦੀ ਹਾਲਤ ਕਿੱਦਾਂ ਦੀ ਸੀਗੀ ਜਦੋਂ ਤੁਹਾਡੇ? ਵੀਰੇ ਬਹੁਤ ਬੁਰਾ ਹਾਲ ਸੀ, ਮੇਰੇ ਕੋਲ ਫੋਟੋ ਖਿੱਚੀ ਪਈ ਹੈ, ਮੈਂ ਤੁਹਾਨੂੰ ਦਿਖਾ ਦੂੰਗਾ, ਮੂੰਹ ਲਾਲ ਹੋਇਆ ਪਿਆ ਸੀਗਾ ਇਹਦਾ, ਤੁਸੀਂ ਹਜੇ ਵੀ ਦੇਖ ਲਿਓ ਭਾਪਾ ਦੀ ਮੂੰਹ ਦਾ ਬੁਰਾ ਹਾਲ ਹੈ। ਕਿਸ ਤਰ੍ਹਾਂ ਦੀ ਤੁਸੀਂ ਮੰਗ ਚਾਹੁੰਦੇ ਹੋ? ਮੰਗ ਇਹੀ ਚਾਹੁੰਦੇ ਕਿ ਦੇਖੋ ਸਕੂਲ ਦੀ ਤਾਂ ਆਪਾਂ ਕਾਰਵਾਈ ਮੈਡਮ ਤੇ ਕਰਾਂਗੇ ਹੀ ਕਰਾਂਗੇ, ਪਿੱਛੇ ਹਟਣ ਵਾਲੇ ਨਹੀਂ ਹੈਗੇ। ਬਾਕੀ ਰਹੀ ਗੱਲ ਹੁਣ ਜਿੱਦਾਂ ਕਹਿੰਦੇ ਪੰਜਾਬੀ ਨਹੀਂ ਬੋਲਣ ਦੇਣੇ, ਮੈਨੂੰ ਅੱਜ ਹੀ ਦੱਸਿਆ ਕਿ ਪੰਜਾਬੀ ਵੀ ਨਹੀਂ ਵੀਰੇ ਬੋਲਣ ਦਿੰਦੇ, ਮੈਂ ਉੱਤੇ ਵੀ ਐਕਸ਼ਨ ਲਊਂਗਾ ਕਿ ਪੰਜਾਬੀ ਕਿਉਂ ਨਹੀਂ ਬੋਲਣ ਦਿੰਦੇ।